ਹੋਰ ਵੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਤੇ ਆਪਣੇ ਵਧੀਆ ਤੇ ਹੁਣ ਸਵੇਰ ਦੇ 7:30 ਵੱਜ ਗਏ ਹੈਗੇ ਆ ਤੇ ਮੈਂ ਵੀਡੀਓ ਐਡਿਟ ਕਰੀ ਜਾਂਦਾ ਸੀਗਾ ਆਪਣੇ ਜਿਹੜੀ YT ਸਟੇਸ਼ਨ ਚੈਨਲ ਵਾਸਤੇ ਨਾ ਉਹਦੀ ਵੀਡੀਓ ਐਡਿਟ ਕਰੀ ਜਾਂਦੇ ਮਤਲਬ ਇੱਕ ਬਣੀ ਵੀ ਆ ਸੋ ਕੱਲ੍ਹ ਤਾਂ ਵੀਡੀਓ ਬਣਾ ਨਹੀਂ ਪਾਈ ਕੱਲ੍ਹ ਕਿਉਂਕਿ ਮੈਂ ਵੀਡੀਓ ਐਡਿਟ ਕਰਦਾ ਪਿਆ ਸੀ ਆਪਣੇ ਵਲੌਗ ਲਈ ਐਡਿਟ ਕਰਦਾ ਰਿਹਾ ਰਾਤ ਨੂੰ ਫਿਰ ਜੋ 1:00 ਵੱਜ ਗਏ ਉਦੋਂ ਬਾਅਦ ਲਾਈਟ ਚਲੀ ਗਈ ਤਾਂ ਆਪਣਾ ਇਨਵੈਟਰ ਹੋ ਗਿਆ ਸੀ ਡਾਊਨ ਇਸ ਕਰਕੇ ਵੀਡੀਓ ਨਹੀਂ ਬਣਾ ਪਾਇਆ ਸੋ ਹੁਣ ਸੁਬਹਾ ਬਣਾਉਣ ਲੱਗੇ ਸੁਬਹਾ ਥੋੜ੍ਹਾ ਜਿਹਾ ਸ਼ੋਰ ਸ਼ਰਾਬਾ ਨਹੀਂ ਕਿਉਂਕਿ ਗਲੀ ਵਿੱਚ ਜਿਹੜੇ ਵਹੀਕਲ ਨਿਕਲਦੇ ਆ ਉਸ ਕਰਕੇ ਵੀਡੀਓ ਬਣਾ ਨਹੀਂ ਪਾਇਆ ਸੋ ਅੱਜ ਆਪਾਂ ਰਾਤ ਨੂੰ ਵੀਡੀਓ ਬਣਾਵਾਂ ਅਤੇ ਹੁਣ ਮੈਂ ਮਤਲਬ ਹੁਣ ਉੱਠ ਕੇ ਨਹਾ ਧੋ ਕੇ ਉਸ ਤੋਂ ਬਾਅਦ ਤਿਆਰ ਹੋ ਕੇ ਦੁਕਾਨ ਦਕੁੰਦ ਚੱਲਦਾ ਰੋਟੀ ਰੋਟੀ ਖਾਂਦੇ ਸੋ ਇੱਕ ਆਪਣਾ ਸ਼ਾਰਟ ਵੀਡੀਓ ਹੈਗੀ ਆ ਮਤਲਬ ਅਪਲੋਡ ਕਰਨ ਵਾਸਤੇ ਸ਼ਾਰਟ ਵੀਡੀਓ ਉਹ ਐਡਿਟ ਕਰ ਲਈਏ ਅਤੇ ਲਿੰਕ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ YT ਸਟੇਸ਼ਨ ਚੈਨਲ ਦਾ ਉਹ ਚੈਨਲ ਨੂੰ ਜ਼ਰੂਰ ਵਿਜ਼ਿਟ ਕਰਿਓ ਤੁਹਾਨੂੰ ਸਟੇਸ਼ਨ ਰਿਲੇਟਡ ਜਿੰਨੀ ਵੀ ਅਪਡੇਟ ਚਾਹੀਦੀ ਤੁਹਾਨੂੰ ਸਾਰੀ ਉਹਦੇ ਵਿੱਚ ਮਿਲੂਗੀ ਅਤੇ ਹਰੇਕ ਤਰ੍ਹਾਂ ਦੀ ਵੀਡੀਓ ਪੈੱਨ ਪੈਨਸਿਲ ਰਬੜ ਸ਼ਾਪਨਰ ਸਾਰੀ ਤਰ੍ਹਾਂ ਦੀ ਵੀਡੀਓ ਉਹਦੇ ਵਿੱਚ ਆਉਂਦੀ ਹੈ ਅਤੇ ਆਪਣੇ ਕਿੱਟਾਂ ਦੀ ਵੀਡੀਓ ਬਣਾਈ ਆ ਉਹ ਵੀ ਤੁਸੀਂ ਜ਼ਰੂਰ ਦੇਖੋ ਬੜੀ ਬੈਸਟ ਵੀਡੀਓ ਬਣੀ ਵੀ ਆ ਤੁਹਾਨੂੰ ਥੰਬਨੇਲ ਦੇਖਣ ਨੂੰ ਮਿਲ ਹੀ ਜਾਂਦਾ ਹੋਊਗਾ ਇਹ ਥੰਬਨੇਲ ਹੈਗਾ ਕਿੱਟਾਂ ਦੀ ਵੀਡੀਓ ਦਾ ਇਹ ਵੀ ਵੀਡੀਓ ਬਹੁਤ ਸੋਹਣੀ ਬਣੀ ਹੈ ਤੁਸੀਂ ਜ਼ਰੂਰ ਪਸੰਦ ਕਰੋਗੇ ਇਹ ਵੀਡੀਓ ਤੇ ਆਪਦੇ ਲਈ ਪਸੰਦ ਕਰ ਸਕਦਾ ਕਿੱਟ ਵੀ ਜਿਹੜੀ ਤੁਹਾਨੂੰ ਸੋਹਣੀ ਲੱਗਦੀ ਹੈ ਅਤੇ ਕਮੈਂਟ 'ਚ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਸੋ ਹੁਣ ਇੱਕ ਦਿਨ ਆ ਤੋਕੇ ਚਲ ਗਏ ਦੁਕਾਨ ਤੇ ਆਹ ਵੇਖੋ ਜਾਜੋ ਵੀ ਖੜੇ ਹੈਗੇ ਸਕੂਲ ਹੁਣ ਓਪਨ ਹੋ ਗਏ ਨਾ ਇਸ ਕਰਕੇ ਅੱਜ ਵੀ ਰਾਤ ਪਾਣੀ ਪੂਣੀ ਪਿਆ ਸੀ ਨਾ ਉਹਦੇ ਕਰਕੇ ਆ ਵੇਲੇ ਪਾਣੀ ਪੂਣੀ ਭਰਿਆ ਹੋਇਆ ਅੱਜ ਕੱਲ੍ਹ ਨਾਲ ਵੀ ਜ਼ਿਆਦਾ ਪੈ ਗਿਆ ਸੀ ਇਸੇ ਕਰਕੇ ਮੈਂ ਵੀਡੀਓ ਨਹੀਂ ਬਣਾ ਪਾਇਆ ਤਾਂ ਆ ਵੇਖਾ ਕਬੂਤਰ ਹੈ ਚੋਹਾ ਚੁਗੀ ਜਾਂਦੇ ਆ ਅਤੇ ਪਾਣੀ ਤੁਸੀਂ ਦੇਖ ਲਓ ਭਰਿਆ ਹੋਇਆ ਸੜਕੀ ਅਤੇ ਆਪਣੀ ਆ ਜਿਹੜੀ ਜੈਨ ਸਕੂਲ ਦੇ ਸਾਹਮਣੇ ਦੀ ਹੈਗੀ ਜਿਹੜੀ ਸੜਕ ਉਸੇ 'ਤੇ ਪਾਣੀ ਪੂਣੀ ਭਰਿਆ ਪਿਆ ਹੈਗਾ ਅੱਜ ਨਹੀਂ ਜਾਮ ਜੂਮ ਜਿਹਾ ਲੱਗਾ ਵੇਲੇ ਮੋਗਾ ਰੋਡ 'ਤੇ ਕੱਲ੍ਹ ਤਾਂ ਜਿਵੇਂ ਜਾਮ ਲੱਗਾ ਸੀ ਨਾ ਅੱਜ ਜਾਮ ਜੂਮ ਕੁਛ ਵੀ ਨਹੀਂ ਲੱਗਾ ਵਿਹਲਾ ਹੋਇਆ ਜਮਾਂ ਰੋਡ ਤਾਂ ਅਤੇ ਸਾਫ ਵੀ ਪੂਰਾ ਦਿਖੀ ਰਿਹਾ ਕਿਉਂਕਿ ਮੀਂਹ ਪੈ ਗਿਆ ਸੀ ਨਾ ਰਾਤ ਨੂੰ ਇਸ ਕਰਕੇ ਫਿਰ ਰਾਮਾ ਲੱਗਾ ਹੋਇਆ ਕੱਪੜਾ ਮਾਰਨ ਰਾਮੇ ਹੈਲੋ ਹੈਲੋ ਹਾਏ ਗਾਈਸ ਕੈਸੇ ਹੋ ਕੀ ਹਾਲ ਚਾਲ ਅੱਜ ਮੌਸਮ ਬਹੁਤ ਵਧੀਆ ਆਨੰਦ ਲੈ ਲਓ ਮੌਸਮ ਦੇ 2-4 ਦਿਨ ਕਿਹੜੇ ਲੈ ਸਹੀ ਗੱਲ ਕਿਵੇਂ 2-4 ਦਿਨ ਆਨੰਦ ਲੈ ਲਓ ਮੌਸਮ ਦੇ ਉਦੋਂ ਬਾਅਦ ਤਾਂ ਗਰਮੀ ਦਾ ਨਜ਼ਾਰਾ ਆਊਗਾ ਫਿਰ ਉਦੋਂ ਬਾਅਦ ਗਰਮੀ ਦਾ ਨਜ਼ਾਰਾ ਆਊਗਾ ਦਿਖਾਵਾਂ ਤੁਹਾਨੂੰ ਬਾਹਰੋਂ ਆ ਜਾਓ ਇੱਧਰ ਲਾਈਵ ਸ਼ਾਟ ਉਹੀ ਰੋਜ਼ ਡੇਂਗੂ ਅਤੇ ਮੌਸਮ ਆਇਆ ਹੋਇਆ ਬੱਦਲ ਪੂਰਾ ਬੱਦਲ ਅੱਜ ਵੀ ਪੂਰਾ ਵੀ ਰਾਮੇ ਕੱਲ੍ਹ ਲੰਘੂ ਅੱਜ ਮੈਂ ਦਵਾਈ ਲੈਣ ਜਾਣਾ 2 ਘੰਟੇ ਨਾਮ ਹੀ ਪਵੇ ਅੱਛਾ ਰਾਮੇ ਨੇ ਅੱਜ ਦਵਾਈ ਲੈਣ ਜਾਣਾ ਤਾਂ ਕਹਿੰਦਾ 2 ਘੰਟੇ ਨਾਮ ਹੀ ਪਵੇ ਕੱਪੜਾ ਕੁਪੜਾ ਮਾਰ ਲਾ ਜੋਤ ਕੀਤੀ ਕਿ ਨਹੀਂ ਕੀਤੀ ਜੋਤ ਨਹੀਂ ਕੀਤੇ ਕਰੋ ਦੇਵੀ ਦੇਵਤਿਆਂ ਦੇ ਦਰਸ਼ਨ ਕਿ ਨਹੀਂ ਕਿਹੜੀਆਂ ਹਾਂ ਬਾਈ ਆ ਆਈਸਕ੍ਰੀਮ ਵਾਲੀ ਰੇਹੜੀ ਤੇਰੀ ਗੱਲ ਹੀ ਸਹੀ ਹੈ ਘੱਟੋ ਘੱਟ ਕਿੰਨਾ ਖਰਚਾ ਆਇਆ ਰਾਮੇ ਤੇ ਸਹੀ ਗੱਲ ਹੈ 50,000 ਤਾਂ ਖਰਚਾ ਆਇਆ ਹੋਊਗਾ ਬਾਈ ਰੇਹੜੀ ਲੱਗਦੀ ਵੀ ਲੁੱਕ ਵੀ ਰਹੇ ਬਹੁਤ ਬੈਸਟ ਆ ਇੱਕ ਰਾਮੇ ਇੱਥੇ ਨਹੀਂ ਖੜੀ ਹੁੰਦੀ ਹੈ ਛੋਟੇ ਹਾਥੀ ਦੇ ਬਣਾਇਆ ਹੋਇਆ ਜਗਾੜਿਆ ਉਹ ਬੜੀ ਬੈਸਟ ਲੱਗੀ 6 ਲੱਖ ਹਾਂ ਕਿਉਂ ਛੋਟਾ ਹਾਥੀ ਹੋਵੇ ਨਵਾਂ 2.5-3 ਲੱਖ ਦਾ ਹੀ ਹੈ 10 ਕੁ ਲੱਖ ਦਾ ਹੈਗਾ ਜਵਾਬ 2-2.5 ਲੱਖ ਤਾਂ ਉੱਤੇ ਲਾਤਾ ਹੋਊਗਾ ਉਹਨੇ ਕਿਉਂ ਫਰਿੱਜਾਂ ਹੋ ਗਈਆਂ ਹੋਰ ਬਥੇਰਾ ਕੁਛ ਸੋ ਹੁਣ ਤੂੰ ਕੱਪੜਾ ਮਾਰ ਲਾ ਤੇ ਮੈਂ ਪਾਣੀ ਭਰ ਕੇ ਲਿਆਵਾਂ ਹੈ ਨਾ ਦੁਕਾਨ ਦਾ ਪਾਣੀ ਲਿਆਵਾਂ ਵੀ ਮੈਂ ਆਹ ਦੇਖੋ ਆਪਣੀ ਕੈਨੀ ਭਰੀ ਜਾਂਦੀ ਹੈਗੀ ਆ ਤੇ ਸਾਹਮਣੇ ਸਾਈਕਲ ਖੜਾ ਗੁਆਂਢੀਆਂ ਦਾ ਆਪਣੇ ਨਾਲ ਦੇ ਕਰਿਆਨੇ ਵਾਲੀ ਦੁਕਾਨ ਆ ਉਹਨਾਂ ਸਾਈਕਲ ਉੱਥੇ ਕਰਾਇਆ ਉਹਨਾਂ ਸਾਈਕਲ ਦੀ ਭਾਣ ਲਾਈ ਨਾ ਕੈਨੀ ਆ ਭਰ ਕੇ ਕੈਨੀ ਹੁਣ ਲੈ ਚਲੇ ਗਏ ਦੁਕਾਨ ਤੇ ਹਾਂ ਵੀ ਦਾਰੇ ਫੈਲੀ ਆ ਕੇ ਜਾਣੀ ਹੈ ਜਿਹੜਾ ਗੱਲ ਲੈ ਕੇ ਗੱਲ ਲੈ ਕੇ ਆ ਫੈਲ ਜੀ ਉਹ ਕਿਹੜੀ ਲੈ ਕੇ ਆਣਾ ਉਹ ਬਟਨ ਜੀ ਵਾਲੀ ਹੁੰਦੀ ਹੈ ਬਟਨ ਜੀ ਵਾਲੀ ਹੁੰਦੀ ਹੈ 10 ਵਾਲੀ ਨਹੀਂ 50 ਵਾਲੀ ਹੁੰਦੀ ਹੈ ਮਾਮ ਜੀ ਮੈਂ ਬਾਬਾ ਜੇਬਾ ਹੀ ਹੁੰਦੀ ਹੈ ਤੇਰੇ ਇੱਕ ਬਟਨ ਜਿਹਾ ਹੁੰਦਾ ਲਾਟਰ ਵੀ ਆ 50 ਵਾਲੀ ਕੋਈ ਨਹੀਂ ਹੁੰਦੀ ਇਹੋ ਜਿਹੀ ਬਟਨ ਵਾਲੀ ਚੱਕਲਾ ਕਿਹੜੀ ਲੈਣੀ ਦੇਖ ਲੈ ਆਹੀ ਪਈਆਂ ਸਾਰੀਆਂ ਪਹਿਲਾਂ ਵੇਖ ਲੈ ਕਿਹੜੀ ਲੈਣੀ ਇਹ ਵੀ ਮਾੜਾ ਜਿਹਾ ਦਿਨ ਖੁੱਲ੍ਹਿਆ ਤਾਂ ਰਾਮੇ ਨਾਲ ਦੀ ਨਾਲ ਹੀ ਪਤੰਗ ਟੰਗ ਤੇ ਆਹਦੇ ਬਾਹਰ ਥੋੜ੍ਹਾ ਜਿਹਾ ਮਤਲਬ ਚਾਨਣਾ ਵੱਧ ਗਿਆ ਗਿਆ ਪਹਿਲਾਂ ਨਾ ਰਾਮੇ ਧੁੱਪ ਜਿਹਾ ਹੁਣ ਘੱਟ ਗਿਆ ਵੱਧ ਗਈ ਹਾਂ ਹਾਂ ਮਾੜਾ ਧੁੱਪ ਮਤਲਬ ਹਲਕੀ ਜਿਹੀ ਨਿਕਲੀ ਬਿਲਕੁਲ ਥੋੜ੍ਹੀ ਜਿਹੀ ਜ਼ਿਆਦਾ ਨਹੀਂ ਬਿਲਕੁਲ ਜਮਾਂ ਮਾੜੀ ਜੀ ਅਤੇ ਰਾਮੇ ਨੇ ਉਵੇਂ ਪਤੰਗ ਪਤੰਗ ਟੰਗ ਤੇ ਹੈਗਾ ਰਾਮੇ ਦਾ ਮੁੰਡਾ ਇਹਨੂੰ ਲਾਈਕ ਕਰੋ ਤੇ ਆ ਹੈਗਾ ਮੋਰ ਦਾ ਖੰਭ ਹੁਣ ਦੱਸ ਦੇ ਬੋਲ ਕੁਛ ਸਕੂਲ ਦੇ ਪੇਪਰ ਹੋ ਗਏ ਹੁਣ ਤੇਰੇ ਹੈ ਲਾਸਟ ਪੇਪਰ ਕਿੱਦੇ ਆ ਸੋਮਵਾਰ ਇੱਧਰ ਚਾਕਲਾ ਲਾਸਟ ਪੇਪਰ ਸੋਮਵਾਰ ਆ ਸੋਮਵਾਰ ਨੂੰ ਆ ਤੇ ਜਿਹੜੇ ਪਹਿਲੇ ਵਾਲੇ ਪੇਪਰ ਕਿਵੇਂ ਹੋਏ ਵਧੀਆ ਸਿਰਾ ਪੱਕੀ ਗੱਲ ਆ ਤੇ ਪਤੰਗ ਕਿਹੜੇ ਲੈ ਗਏ ਉਡਾਲੇ ਸੀ ਹਾਂ ਵੱਡੇ ਰਹਿ ਗਏ ਦੋ ਵੱਡੇ ਰਹਿ ਗਏ ਉਮਰ ਵੇਖੇ ਤੁਹਾਡੇ ਘਰੇ ਜਿੱਦੇ ਗਈ ਮੈਂ ਸਾਂਭੀ ਬੇਟਾ ਨੂੰ ਉਹ ਹੁਣ ਉਂਗਲਾਂ ਵੱਢਦੇ ਉਂਗਲਾਂ ਤਾਂ ਵੱਢਣੀ ਹੁਣ ਹਵਾ ਤੇਜ਼ ਆ
रामी ने कहता कि रामा डाला करो। हाँ वाली गड्डी लग घुमा के मोड़ लगे भी थोड़ा समान की सैटिंग करी आ देखा पेंसिल है ना सारी खाने चेंज करके सैटिंग करी इतों किटा जी है अपनी वो 420 वाली किट हैगी 500 रुपये वाली अप्सरा 500 वाली डोम्स की 750 वाली 100 रुपये वाली 200 रुपये वाली 380 रुपये वाली सारी किटा सैट करके लाइया तो कमेंट से जरूर दसो किटा आप सैटिंग किमें लाइए तो बाकी पेंसिल की सैटिंग करी ना मैं ये कर लवा उस तो बाद फिर रोटी वगैरह खान जाना। हाँ देख लो जी पेंसिल आप कुछ इदा लाती हैं आ सारी हो गई फलोरा अप्सरा डोम्स सारिया पेंसिल इदा तरीके लाती बिल्कुल गाहक के जमा सामने हम देखती होगी तो उपरों डिस्प्ले आए होगी तो भाई हम रोटी खान घर चले तो मौसम तो ही वेख लो पूरा बदल हो काले रंग तो इधरले पास वेख लो बदल पूरा रस्ते हवा पूरी सिरा चली जाती तो बिल्कुल बरीक बरीक कणियां भी पई जाती है सिर्फ थोड़ी थोड़ी माड़ी माड़ी पैन लगी क्योंकि बदल पूरा होया देख लो तुम सारे काले बदल हो हवा पूरी ठंडी ठंडी चलती पई है हम आप घर आ गए वेखो सामने घर है जाके रोटी खाने फिर चलते फिर मुड़ तो दुकान पर आप वापस ठीक है दुकान की छत दे क्योंकि मौसम देखो तुम पूरा सिरा होया वै बस नज़ारेदारी है इस करके हवा छत तो इन्नी सोहनी लगती क्योंकि थले मैं बिल बहर खड़े सड़क तो मैं उत्थे हवा मतलब घट ही लगती भी बाली नहीं मतलब इतने जो छत पर आए तो इन्नी सोहनी हवा वेखो जो छत अपने झंडा लगे ना वेखो किमें हिलता वै तो इन्नी सोहनी हवा ठंडी तो मौसम पूरा जबरदस्त होया वै इस करके छत पर खड़े तुम बहर थोड़ा व्यू दिखावे इतने साइड की ये आ देखो भी अपने चौंक का व्यू है इतों साइड तो वेख लो तुम इतों का माड़ा जहाँ देखो पूरा नहीं देखता क्योंकि तुम पता है माड़ी जगह ना बोर्ड है इतने बस इस करके सो हवा पूरी सिरा चलती बस नज़ारेदारी इस करके बस तुम माड़ा दिखाया हूँ चलते फिर थले हवा हवा लैके उस तो बाद थले जाने भी डिस्प्ले का तुम दस ही दी आप सैटिंग ही की सारी किटा कुटा दी इतने आए करके हम बहरों फ्रंट व्यू कुछ ये हो गया तो रामा हम लेके आवला की रहा है रामे दस भी भुजिया लेके आया राम एक खाने रामा रूमा तो हम गल करिए भुजिया खा लिया बड़ा जबरदस्त सो अज का ब्लॉग आप इतने एंड कर दे जो ब्लॉग तुम थोड़ा जहा भी चंगा लगे तो लाइक कर दो शेयर कर दो तो अपने चैनल सबसक्राइब कर दो होर भी यह ब्लॉग देखने वास्ते बैल आइकन प्रेस करके रखो क्योंकि नोटिफिकेशन तुम सारे पहले भी देखने को मिल जाए तो ब्लॉग अपना सारे पहले देख सकते हैं सो हम एक तुम फिर व्यू करा देना दुकान का। हाँ देखो इतने है किटा वगैरह हो गई पेंसिल हो गई तो बाकी इतने आ पेन पुन है देख लो समान है कुछ तो हम न्यू सैशन आने लगा है तो ये वास्ते जो थोड़ा कोई भी स्टेशनरी रिलेटेड समान लेना इतने जरूर विजिट करो अपनी दुकान पर सो ओके बाय।